ਪੰਜਵਾਂ ਸਾਲ ਆ ਹਾਂ ਸੁੰਡੀ ਦੀ ਸਪਰੇਅ ਨਹੀਂ ਕਰੀ ਨਾ ਪੱਤਾ ਲਪੇਟ ਨਾ ਗੋਹ ਦੀ ਸੁੰਡੀ ਕੋਈ ਸਪਰੇਅ ਨਹੀਂ ਕਰੀ ਕੱਲੀ ਤੇਲੇ ਦੀ ਕਰ ਦਿੰਦੇ ਉਹ ਵੀ ਜਿਵੇਂ ਬਲਾਈਟ ਰੋਗ ਤੋਂ ਹੁੰਦੀ ਆ ਕੋਈ ਕਾਸੇ ਦੀ ਲੋੜ ਪੈਂਦੀ ਨਹੀਂ ਕਿ ਕਿਵੇਂ ਲੋੜ ਨਹੀਂ ਪਾਣੀ ਸੁੱਕ ਸੁੱਕ ਲੱਗਦਾ ਇੰਨਾ ਫਰਕ ਆ ਬਈ ਯਾਰ ਵੀ ਦੂਜੇ ਝੋਨੇ ਨਾਲੋਂ ਝਾੜ ਦਾ ਕਿਵੇਂ ਫਰਕ ਰਹਿੰਦਾ ਹੈਗਾ ਝਾੜ ਦਾ ਗੱਟਾ ਵਧ ਹੀ ਜਾਂਦਾ ਘਟਦਾ ਨਹੀਂ ਵੀ ਆਈਡੀਆ ਜਾਂ ਮੰਨ ਕੇ ਚੱਲ ਵੀ ਜੇ ਉਹ ਨਿਕਲਦਾ ਤਾਂ 84 85 ਕੱਦੂ ਵਾਲਾ ਨਿਕਲਦਾ ਰਿਹਾ ਹਾਂ ਹਾਂ ਤੇ ਇਹ 85 86 ਬਸ ਟੱਪਦਾ ਜਾਣੀ ਉਹ ਤੋਂ ਹਾਂ ਟੱਪਦਾ ਹੀ ਤੇ ਖਰਚੇ ਦਾ ਖਰਚਾ ਤਾਂ ਤੁਹਾਨੂੰ ਪਤਾ ਹੀ ਆ ਫ੍ਰੀ ਬੀਜਿਆ ਜਾਂਦਾ 1500 ਸਰਕਾਰ ਦਿੰਦੀ ਆ ਹਾਂ ਉਹਦੇ ਚ ਬੀਜਿਆ ਜਾਂਦਾ ਬਸ ਨਜ਼ਾਰਾ ਜਾਣੀ ਕਿ ਪੂਰਾ ਨਜ਼ਾਰਾ ਤੇ ਬਾਈ ਤੇਰਾ ਕਿੰਨਵਾਂ ਸਾਲ ਆ ਤੇਰਾ ਬਾਈ ਯਾਰ ਆਪਣਾ ਤਾਂ ਪਹਿਲਾ ਸਾਲ ਹੀ ਆ ਆਪਣੇ ਨਾ ਕਿਸਾਨ ਦਲਜਿੰਦਰ ਸਿੰਘ ਆ ਪਿੰਡ ਜਾਉਂ ਤੋਂ ਆਪਣੇ ਠੀਕ ਆ ਉਹ ਆਏ ਵਾਰ ਬੀਜਦਾ 50-60 ਕਿੱਲੇ ਵਾਣਾ ਉਹਨਾਂ ਦੇਖ ਕੇ ਮੇਰਾ ਹੀ ਮਨ ਬਣਿਆ ਵੀ ਯਾਰ ਆਪਾਂ ਹੀ ਬੀਜੇ ਯਾਰ ਠੀਕ ਆ ਤੇਰਾ ਕਿਵੇਂ ਵਧੀਆ ਸਕਸੈਸਫੁਲ ਆ ਬਾਈ ਪੂਰਾ ਪੂਰਾ ਕੈਮ ਚ ਨਾ ਬਾਈ ਮੈਨੂੰ ਲੱਗਾ ਖਰਚ ਨਹੀਂ ਹੋਇਆ ਕੋਈ ਯਾਰ ਕੋਈ ਖਰਚ ਨਹੀਂ ਹੋਇਆ ਖਰਚ ਤੇ ਤਾਂ ਨਹੀਂ ਹੋਇਆ ਜਿਹੜਾ ਆਪਾਂ ਖਰਚ ਇੰਨਾ ਹੋਇਆ ਵੀ ਰੇਰੂ ਜਿਹਾ ਰੀ ਪਾਇਆ ਉਹ ਨਾ ਸਿਰ ਭਗਵੰਤ ਮਾਨ ਸਰਕਾਰ ਨੇ ਦਿੱਤਾ ਆਪਾਂ ਨੂੰ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਉਹਨਾਂ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਪਰ ਆਇਆ ਜੇ ਸਰਕਾਰ ਥੋੜੇ ਜਿਹਾ ਹੋਰ ਪੈਸੇ ਦੇਵੇ ਤਾਂ ਮੈਨੂੰ ਲੱਗਾ ਲੋਕ ਗਾਹਾਂ ਨੂੰ ਹੋਰ ਵਧਣਾ ਥੋੜਾ ਜਿਹਾ ਹਾਂ ਵੀ 1500 ਦੀ ਬਜਾਏ ਨਹੀਂ ਜੇ 4-5 ਹਜ਼ਾਰ ਰੁਪਿਆ ਹੋਵੇ ਜਿਵੇਂ ਹਰਿਆਣਾ ਸਰਕਾਰ 4000 ਦਿੰਦੀ ਆ ਮੇਰੇ ਖਿਆਲ ਹਨਾ ਜੇ ਆਪਾਂ ਨੂੰ 4000 ਇਹ ਸਰਕਾਰ ਵੀ ਦੇ ਦੇ ਤਾਂ ਮੰਨ ਕੇ ਚੱਲ ਵੀ ਹੋਰ ਵੀ ਲੋਕ ਫਿਰ ਲੋਕ ਵੱਧ ਲਾਉਣਾ ਵੱਧ ਲੈ ਚਲੋ 5 ਸਾਲਾਂ ਦਾ ਐਕਸਪੀਰੀਅੰਸ ਤੇ ਆ ਬਾਈ ਨੂੰ ਮੜਾ ਮੈਕ ਫੜਾ ਦੇ ਤੇ ਬਾਈ ਸੱਚੀ ਗੱਲ ਦੱਸ ਨਿਰਮਲ ਵੀ ਤੈਨੂੰ ਕਿੰਨੀ ਕੁ ਵੀ ਮੰਨ ਲਾ ਦਿੱਕਤ ਆਈ ਆ ਜਾਂ ਸੱਚੀ ਗੱਲ ਦੱਸੀ ਜਮਾ ਇੱਥੇ ਕੋਈ ਆਪਾਂ ਕੈਮਰੇ ਸਾਹਮਣੇ ਝੂਠ ਨਾ ਬੋਲੀ ਨਾ ਇੱਕ ਅਗੇ ਚੂਹੇ ਹੁੰਦੇ ਆ ਕਿ ਚੂਹੇ ਵੀ ਹੈ ਨਹੀਂ ਮੇਰੇ ਚੂਹਿਆਂ ਦੀ ਆਈ ਨਹੀਂ ਪ੍ਰੋਬਲਮ ਜਿਵੇਂ ਤੇਰਾ ਤਾਂ ਪਹਿਲਾ ਸਾਲ ਆ ਪਹਿਲਾ ਸਾਲ ਦੇ ਪੂਰਾ ਉਹਦੇ ਝੋਨਾ ਆਪਣਾ ਕਰਨ ਪਿੰਡ ਦੇ ਦਿਖਾ ਸਕਦੇ ਕਿਸਾਨ ਭਰਾਵੋ ਜਿਹੜਾ ਸਾਹਮਣੇ ਤੁਸੀਂ ਝੋਨਾ ਦੇਖ ਰਹੇ ਹੋ ਬਾਈ ਨਿਸਰਿਆ ਹੋਇਆ ਠੀਕ ਆ ਸਿੱਧੀ ਬਿਜਾਈ ਆ ਇਹ ਤੇ ਇੱਧਰ ਜਿਹੜਾ ਇੱਧਰ ਝੋਨਾ ਇਹ ਵੀ ਸਿੱਧੀ ਬਿਜਾਈ ਆ ਠੀਕ ਆ ਤੇ ਬਾਈ ਹੋਰਾਂ ਨੇ ਮੰਨ ਲਓ ਇਹਨੂੰ 5 ਸਾਲ ਹੋ ਗਏ ਬੀਜਦਾਂ ਨੂੰ ਠੀਕ ਆ ਤੇ ਬਾਕੀ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਇਹਦਾ ਕਿੰਨਾ ਕੁ ਖਰਚਾ ਆ ਜਾਂਦਾ ਉਹ ਦੂਜੇ ਝੋਨੇ ਨੂੰ ਕਿੰਨੀ ਕੁ ਬਚਤ ਰਹਿੰਦੀ ਆ ਰੇਹ ਸਪਰੇਅ ਦਾ ਕਿੰਨਾ ਖਰਚਾ ਘਟ ਜਾਂਦਾ ਤੇ ਪਾਣੀ ਦਾ ਕਿੰਨਾ ਖਰਚਾ ਘਟ ਜਾਂਦਾ ਸਾਡੇ ਨਾਲ ਬਾਈ ਨੇ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਪਿੰਡ ਦੱਸ ਦੇ ਕਿਹੜਾਗਾ ਪਿੰਡ ਬਦਿਆਲਾ ਨਾਮ ਰਜਨਵੀਰ ਸਿੰਘ ਤੇ ਆਪਣਾ ਬਾਈ ਸਤਿ ਸ੍ਰੀ ਅਕਾਲ ਬਾਈ ਹਾਂਜੀ ਆਪਣਾ ਪਿੰਡ ਜੌਂਦ ਬਾਈ ਦਾ ਨਾਮ ਨਿਰਮਲ ਸਿੰਘ ਹਾਂਜੀ ਤੇ ਬਾਈ ਤੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਝੋਨੇ ਦੀ ਬਿਜਾਈ ਕਰਦੇ 5ਵਾਂ ਸਾਲ ਆ ਇਤਕੀ ਸਿੱਧੀ ਬਿਜਾਈ ਕਰਦੇ ਨੂੰ 5ਵਾਂ ਸਾਲ ਆ ਸਿੱਧੀ ਬਿਜਾਈ ਠੀਕ ਆ ਤੇ ਬਾਈ ਆਪਣਾ ਆਪਣਾ ਹੀ ਪਹਿਲਾ ਸਾਲ ਆ ਪਹਿਲਾ ਸਾਲ ਹਾਂਜੀ ਠੀਕ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਬਾਈ ਤੇ ਵੀ ਇਹ ਬਾਈ ਕਿੰਨੇ ਕਿੱਲੇ ਬਿਜਾਈ ਕਰੀ ਆ 5 ਕਿੱਲੇ ਇਤਕੀ 6 ਕਿੱਲੇ ਜੀ 6 ਕਿੱਲੇ ਆ 6 ਕਿੱਲੇ ਠੀਕ ਆ ਤੇ ਇਹ ਕਦੋਂ ਬਿਜਾਈ ਕਰੀ ਆ ਬਾਈ ਇਹ 21 ਮਈ ਨੂੰ ਕਰੀ ਆ ਤੇ ਇਹ ਜਿਵੇਂ ਹੁਣ ਆਪਾਂ ਮੰਨ ਕੇ ਚੱਲੀਏ ਟਾਈਮ ਆ ਹੁਣ ਚੱਲਦਾਗਾ ਮੰਨ ਲਓ ਅਗਸਤ ਚੱਲਦਾ ਤੇ ਜਿਹੜਾ ਇਹ ਝੋਨਾ ਤਾਂ ਇਹਦਾ ਨਿਸਰ ਵੀ ਆ ਇਹਦਾ ਕੀ ਕਾਰਨ ਆ ਬਾਈ ਨਿਸਰਨ ਦਾ ਇਹਦਾ ਕਾਰਨ ਗੇਤਾ ਲਾਇਆ ਗੇਤਾ ਸੀ ਬਾਸਮਤੀ 16 ਮਰ ਬਾਸਮਤੀ ਆ ਹਾਂਜੀ ਅੱਛਾ ਤੇ ਇਹਦੇ ਚ ਕਿਹੜੀ ਲਾਉਣੀ ਆ ਦੁਬਾਰਾ ਕੀ ਚੀਜ਼ ਲਾਉਣਾ ਇਹਦੇ ਚ ਮਟਰ ਲਾਉਣੇ ਮਟਰ ਲਾਉਣੇ ਇਹਦੇ ਚ ਮਟਰ ਤੋਂ ਬਾਅਦ ਮੱਕੀ ਫੇਰ ਇਹੀ ਝੋਨਾ ਠੀਕ ਆ ਤੇ ਜਿਹੜਾ ਆਪਾਂ ਮੰਨ ਕੇ ਚੱਲੀਏ ਦੂਜਾ ਕਹਿੰਦੇ ਨੇ ਜਿਵੇਂ ਇੱਧਰ ਆ ਖੜਾ ਹੈਗਾ ਪੀਲੀ ਊਸ਼ਾ ਇਹ ਕਿਹੜੇ ਟਾਈਮ ਚ ਲੱਗਿਆ ਹੋਇਆ ਬਾਈ ਕਦੋਂ ਇਹ 22 ਮਈ ਦਾ 22 ਮਈ ਦਾ ਹਾਂਜੀ ਠੀਕ ਆ ਤੇ ਬਾਈ ਜਿਵੇਂ ਆਪਾਂ ਕਹਿ ਦਈਏ ਯਾਰ ਵਿੱਚ ਲੋਕ ਨਾ ਜਿਹੜੇ ਨਵੇਂ ਹੁੰਦੇ ਆ ਉਹ ਯਾਰ ਡਰਦੇ ਬਹੁਤ ਆ ਵੀ ਯਾਰ ਅਗਲਾ ਕਹਿੰਦਾ ਯਾਰ ਕੱਖ ਕੁੱਖ ਬਾਲੇ ਹੋ ਜਾਂਦੇ ਆ ਜਾਂ ਹੋਰ ਗੱਲੋਂ ਤੇ ਉਹਦੀ ਸੱਚੀ ਦੱਸੀ ਕਿੰਨੀ ਕੁ ਪ੍ਰੋਬਲਮ ਆਉਂਦੀ ਆ ਐਤਕੀ ਥੋੜੀ ਜਿਹੀ ਆਈ ਆ ਪਹਿਲਾਂ 4 ਸਾਲ ਆਈ ਨਹੀਂ ਪਹਿਲਾਂ ਆਈ ਨਹੀਂ ਐਤਕੀ ਕੀ ਕਾਰਨ ਹੋ ਗਿਆ ਮੀਂਹ ਦਾ ਕਾਰਨ ਹੋਇਆ ਮੀਂਹ ਨਾਲ ਦਵਾਈ ਹਿੱਲ ਗਈ ਅੱਛਾ ਤੁਰਤ ਬਜਾਈ ਕੋਈ ਬਾਲੀ ਕੱਖਾਂ ਦੀ ਪ੍ਰੋਬਲਮ ਨਹੀਂ ਆਉਂਦੀ ਨਹੀਂ ਕੋਈ ਬਾਲੀ ਨਹੀਂ ਤੇ ਇੱਕ ਜਿਵੇਂ ਸਟਾਰਟਿੰਗ ਜੀ ਬਈ ਹਨਾ ਵਿੱਚ ਕਹਿੰਦੇ ਨਾ ਵੀ ਯਾਰ ਚੂਹੇ ਨਹੀਂ ਆਪਾਂ ਜਦੋਂ ਬਜਾਈ ਕਰਦੇ ਆ ਵੀ ਚੂਹਿਆਂ ਤੋਂ ਥੋੜਾ ਜਿਹਾ ਉਹ ਹੋ ਜਾਂਦਾ ਯਾਰ ਵੀ ਬੱਟਾਂ-ਬੁੱਟਾਂ ਨਾਲ ਹੁੰਦੀ ਆ ਪ੍ਰੋਬਲਮ ਬੱਟਾਂ-ਬੁੱਟਾਂ ਨਾਲ ਹੀ ਹੁੰਦੀ ਆ ਗੱਲੀ ਵੀ ਉਹ ਵਿੱਚ ਬਾਅਦ ਚ ਲੱਗ ਜਾਂਦੇ ਨਾਲ ਵਿੱਚੋਂ ਵੱਟ ਕੇ ਲੱਗ ਜਾਂਦੇ ਉਹ ਮੱਚਦੇ ਵੀ ਨਹੀਂ ਨਾਲ ਦੀ ਨਾਲ ਚੱਲ ਪੈਂਦੇ ਠੀਕ ਆ ਠੀਕ ਆ ਠੀਕ ਆ ਤੇ ਬਾਈ ਜਿਹੜਾ ਆਪਾਂ ਜਿਵੇਂ ਹੁਣ ਕੱਦੂ ਕਰਕੇ ਝੋਨਾ ਲਾਉਣੇ ਆ ਉਹਦੇ ਨੂੰ ਰੇ ਦਾ ਤੇ ਸਪਰੇਅ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਬਹੁਤ ਫਰਕ ਆ ਜੀ ਇਹ ਜਦੋਂ ਪਾਣੀ ਚ ਨਹੀਂ ਸਿੱਟਣਾ ਪੈਂਦਾ ਰੇ ਪਾਣੀ ਚ ਨਹੀਂ ਸਿੱਟਣਾ ਪੈਂਦਾ ਜਦੋਂ ਪੈਰ ਚਲਣ ਲੱਗ ਜਾਂਦਾ ਹਾਂ ਉਦੋਂ ਕਣਕ ਵਾਂਗੂ ਸਿੱਟ ਦੋ ਅੱਧਾ ਗੱਟਾ ਠੀਕ ਆ ਗੱਟੇ ਦਾ ਕੰਮ ਕਰਦਾ ਠੀਕ ਆ ਤੇ ਜਿਵੇਂ ਆਪਾਂ ਉਹਦੇ ਚ ਮੰਨ ਕੇ ਚੱਲੀਏ 3 ਤੋਂ ਲੈ ਕੇ 3 ਪਲੱਸ ਰੇ ਲਾ ਦਿੰਦੇ ਆ ਤੇ ਇਹਦੇ ਚ ਰੇ ਇੰਨਾ ਕੀ ਪੈਂਦਾ ਇਹ ਚ ਬਾਸਮਤੀ ਚ 2 ਪਾਏ ਆ ਠੀਕ ਆ ਬਾਕੀ ਊਸਾ ਚ 3 ਵਾਂਗੂ ਪੈ ਜਾਂਦੇ ਊਸਾ ਚ 3 ਵਾਂਗੂ ਹੀ ਪੈ ਜਾਂਦੇ ਆ 5-4 ਕਿਲੋ ਇਧਰ ਉਧਰ ਹੋ ਜਾਂਦਾ ਇਧਰ ਉਧਰ ਹੋ ਜਾਂਦਾ ਠੀਕ ਆ ਤੇ ਬਈ ਦੂਜੇ ਝੋਨੇ ਨਾਲ ਮੰਨ ਕੇ ਚੱਲ ਜਿਵੇਂ ਹੁਣ ਸਪਰੇਹਾਂ ਦਾ ਜਿਵੇਂ ਉਹ ਤੇ ਮੰਨ ਕੇ ਚੱਲ ਜਿਹੜਾ ਕੱਦੂ ਵਾਲਾ ਝੋਨਾ ਵੀ ਉਹ ਤੇ ਸਪਰੇਹਾਂ ਆਪਾਂ ਨੂੰ ਪਤਾ ਵੀ ਥੋੜੀਆਂ ਜ਼ਿਆਦਾ ਹੋ ਜਾਂਦੀਆਂ ਹਨਾ ਹਾਂਜੀ ਤੇ ਇਹਦਾ ਫਰਕ ਹੈਗਾ ਘੱਟ ਹੁੰਦੀਆਂ ਕਰੇ ਪੂਰਾ ਫਰਕ ਹੈ ਜੀ 5ਵਾਂ ਸਾਲ ਆ ਹਾਂ ਸੁੰਡੀ ਦੀ ਸਪਰੇਅ ਨਹੀਂ ਕਰੀ ਨਾ ਪੱਤਾ ਲਪੇਟ ਨਾ ਗੋਹ ਦੀ ਸੁੰਡੀ ਕੋਈ ਸਪਰੇਅ ਨਹੀਂ ਕਰੀ ਕੱਲੀ ਤੇਲੇ ਦੀ ਕਰ ਦਿੰਦੇ ਆ ਉਹ ਵੀ ਜਿਵੇਂ ਬਲਾਈਟ ਰੋਗ ਤੋਂ ਹੁੰਦੀ ਆ ਕੋਈ ਕਾਸੇ ਦੀ ਲੋੜ ਪੈਂਦੀ ਨਹੀਂ ਕਿ ਕਿਵੇਂ ਲੋੜ ਨਹੀਂ ਪਾਣੀ ਸੁੱਕ ਸੁੱਕ ਲੱਗਦਾ ਇੰਨਾ ਫਰਕ ਆ ਬਾਈ ਹਾਂ ਜੀ ਸਿੱਧੀ ਬਿਜਾਈ ਦਾ ਪਾਣੀ ਚਾਹੇ ਹਫਤੇ ਬਾਅਦ ਲਾ ਦਿਓ
ਕੋਈ ਦਿੱਕਤ ਨਹੀਂ ਆਉਂਦੀ ਸਾਰੇ ਤੇ ਆ ਕੇ ਜ਼ਰੂਰ ਨੇੜੇ ਨੇੜੇ ਲਾਉਣੇ ਪੈਂਦੇ ਆ ਹਾਂ 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 ਪਹਿਲਾਂ ਕੋਈ ਚੱਕਰ ਨਹੀਂ ਪਹਿਲਾਂ ਕੋਈ ਚੱਕਰ ਨਹੀਂ ਠੀਕ ਆ ਆ ਹੁਣ ਵੀ ਦੇਖ ਲਓ ਸੁੱਕੇ ਮਰ ਗਈ ਹੈ ਸਾਰੇ ਤੇ ਅੱਛਾ ਹਾਂ ਹਲੇ ਵੀ ਸੁੱਕਾ ਪਿਆ ਨਾ ਤੇ ਇੱਕ ਗੱਲ ਬਾਈ ਸੱਚੀ ਦੱਸੀ ਯਾਰ ਵੀ ਦੂਜੇ ਝੋਨੇ ਨਾਲੋਂ ਝਾੜ ਦਾ ਕਿਵੇਂ ਫਰਕ ਰਹਿੰਦਾ ਹੈਗਾ ਝਾੜ ਦਾ ਗੱਟਾ ਵਧ ਜਾਂਦਾ ਘਟਦਾ ਨਹੀਂ ਵੀ ਆਈਡੀਆ ਜਾਂ ਮੰਨ ਕੇ ਚੱਲ ਵੀ ਜੇ ਉਹ ਨਿਕਲਦਾ ਤਾਂ 84 85 ਕੱਦੂ ਵਾਲਾ ਨਿਕਲਦਾ ਰਿਹਾ ਹਾਂ ਹਾਂ ਇਹ 85 86 ਵਸੇ ਟੱਪਦਾ ਜਾਣੀ ਉਹ ਤੋਂ ਹਾਂ ਟੱਪਦਾ ਹੀ ਤੇ ਖਰਚੇ ਦਾ ਖਰਚਾ ਤਾਂ ਤੁਹਾਨੂੰ ਪਤਾ ਹੀ ਆ ਫ੍ਰੀ ਬੀਜਿਆ ਜਾਂਦਾ 1500 ਸਰਕਾਰ ਦਿੰਦੀ ਆ ਹਾਂ ਹਾਂ ਉਹਦੇ ਚ ਬੀਜਿਆ ਜਾਂਦਾ ਬਸ ਨਜ਼ਾਰਾ ਜਾਣੀ ਕੇ ਪੂਰਾ ਵਧੀਆ ਬਚਾ ਤੇ ਪੂਰਾ ਪੂਰਾ ਬਾਈ ਤੇਰਾ ਕੀ ਕਹਿਣਾ ਬਾਈ ਯਾਰ ਮੇਰੇ ਹੁਣ ਬੜਾ ਮੈਗਨੇਟਿਕ ਕਰ ਦੇ ਬਾਈ खर्च नहीं जे अपन 4000 भी दे मन के चल भी होर भी लोग तीन भी बहुत बेनती जरूर सुनियो भी ਹਨਾ ਵੀ ਜਿੱਥੋਂ ਦਾ ਤੁਸੀਂ 1500 ਤੱਕ ਦੇ ਨਾਲ ਇੰਨੇ ਕੁ ਲੋਕ ਮੰਨ ਲਾ ਵੀ ਸੌਖੇ ਆ ਜੇ ਤੁਸੀਂ 3000 ਵੀ ਦੇ ਦਿਓ ਤਾਂ ਬਈ ਇਹ ਕਹਿੰਦੇ ਵੀ ਅਸੀਂ ਐਦੂ ਵੀ ਜ਼ਿਆਦਾ ਵੀ ਅਗਲੇ ਤੋਂ ਵੀ ਜਿਵੇਂ ਐਤਕੀ 5 ਵੀ ਜ਼ਿਆਦਾ 10 ਕਿੱਲੇ ਅਗਲੀ ਵਾਰ ਬਜਾਈ ਕਰ ਦਿਆਂਗੇ ਤੇ ਬਾਕੀ ਬਈ ਹੋਰ ਕੀ ਕਹਿਣਾ ਚਾਹੋਗੇ ਹੋਰ ਇਹੀ ਆ ਜੀ ਪਾਣੀ ਦੀ ਬਹੁਤ ਬਚਤ ਆ ਪਾਣੀ ਦੀ ਬਹੁਤ ਬਚਤ ਆ ਹਾਂ ਅੱਛਾ ਇਹ ਜਿਹੜਾ ਪਾਣੀ ਲਾਉਣੇ ਆ ਉਹ ਧਰਤੀ 'ਚ ਹੀ ਜਾਂਦਾ ਠੀਕ ਆ ਕੱਦੂ ਵਾਲਾ ਉੱਪਰ ਉੱਡਦਾ ਠੀਕ ਆ ਇੰਨਾ ਫਰਕ ਆ ਠੀਕ ਆ ਠੀਕ ਆ ਤੇ ਜਿਹੜੇ ਘੱਟ ਲੱਗਦੇ ਉਹ ਵੱਖਰੇ ਇਹਨੂੰ 16ਵਾਂ ਪਾਣੀ ਲੱਗਣਾ ਹੁਣ ਹਾਂ 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 15 ਲੱਗੇ ਹੋਏ ਹੁਣ ਤੱਕ ਹਾਂ ਪੱਕ ਗਿਆ ਇਹ ਠੀਕ ਆ ਇਹ ਠੀਕ ਆ ਬਾਈ ਤੇਰਾ ਤਾਂ ਹੋ ਗਿਆ ਚਲੋ 5 ਸਾਲਾਂ ਦਾ ਐਕਸਪੀਰੀਅੰਸ ਤੇ ਆ ਬਾਈ ਨੂੰ ਮੜਾ ਮੈਕ ਫੜਾ ਦੇ ਤੇ ਬਾਈ ਸੱਚੀ ਗੱਲ ਦੱਸ ਨਿਰਮਲ ਵੀ ਤੈਨੂੰ ਕਿੰਨੀ ਕੁ ਵੀ ਮੰਨ ਲਾ ਦਿੱਕਤ ਆਈ ਆ ਜਾਂ ਸੱਚੀ ਗੱਲ ਦੱਸੀ ਜਮਾ ਇੱਥੇ ਕੋਈ ਆਪਾਂ ਕੈਮਰੇ ਸਾਹਮਣੇ ਝੂਠ ਨਾ ਬੋਲੀ ਨਾ ਕਿ ਅਗੇ ਚੂਹੇ ਹੁੰਦੇ ਆ ਕਿ ਚੂਹੇ ਵੀ ਹੈ ਨਹੀਂ ਮੇਰੇ ਚੂਹੇ ਦੀ ਆਈ ਨਹੀਂ ਪ੍ਰੋਬਲਮ ਜਿਵੇਂ ਤੇਰਾ ਦਾ ਪਹਿਲਾ ਸਾਲ ਆ ਪਹਿਲਾ ਸਾਲ ਦੇ ਪੂਰਾ ਵਧੀਆ ਝੋਨਾ ਆਪਣਾ ਘਰ ਨੂੰ ਪਿੰਡ ਦੇ ਸਾਨੂੰ ਦਿਖਾ ਸਕਦੇ ਤੇ ਹਾਂ ਹਾਂ ਚਲੋ ਕੋਈ ਗੱਲ ਨਹੀਂ ਉਹ ਤਾਂ ਪੂਰਾ ਟੌਪ ਝੋਨਾ ਆਪਣਾ ਤੇ ਤੂੰ 5 ਕਿੱਲੇ ਬਿਜਾਈ ਕਰੀ ਸੀ 6 ਕਿੱਲੇ ਬਣ ਬੀਜਾ ਆਪਣੇ 6 ਕਿੱਲੇ ਬਣ ਬੀਜੇ ਸੀ ਠੀਕ ਆ ਤੇ ਵੀਰੇ 14 ਮਈ ਨੂੰ 14 ਮਈ ਨੂੰ ਹਾਂ ਪੂਰਾ ਝੋਨਾ ਵਧੀਆ ਠੀਕ ਆ ਤੇ ਜਾਨੀ ਕੱਖਾਂ ਕੁੱਖਾਂ ਦੀ ਜਾਂ ਜਿਵੇਂ ਕਹਿੰਦੇ ਆ ਹੋਰ ਲੋਕ ਕੱਖਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਹੈ ਕੱਖਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਮੈਂ ਕੋਈ ਕੱਖਾਂ ਲਈ ਮੈਂ ਤਾਂ ਸਪਰੇ ਵੀ ਨਹੀਂ ਕਰੀ ਹਲੇ ਤੱਕ ਸਪਰੇ ਕੋਈ ਨਹੀਂ ਕਰੀ ਕੱਖਾਂ ਲਈ ਕਰੀ ਨਹੀਂ ਕੱਖ ਹੋਈ ਨਹੀਂ ਅੱਛਾ ਤੇ ਬਾਕੀ ਨਾ ਹੀ ਮੈਂ ਕੋਈ ਬੰਦਾ ਦਿਹਾੜੀਆਂ ਪਾਇਆ ਮੈਂ ਤਾਂ ਆਪ ਹੀ ਤੇਰੇ ਜਿਵੇਂ ਪਹਿਲਾਂ ਬਜਾਈ ਤੋਂ ਪਹਿਲਾਂ ਤੇਰੇ ਮਨ 'ਚ ਥੋੜਾ ਥੋੜਾ ਡਰਤਾ ਹੋਊ ਨਾ ਡਰਤਾ ਵਾ ਯਾਰ ਹੈਗਾ ਹੀ ਡਰ ਤਾਂ ਪੂਰਾ ਹੀ ਸੀ ਤਾਂ ਹੀ ਮੈਂ ਸਪਰੇ ਪੂਰੀ ਨਹੀਂ ਕਰੀ ਵੀ ਪਾਣਾ ਹੀ ਫਾਲਤੂ ਖਰਚ ਨਾ ਜਾਵੇ ਕੋਣ ਨਾ ਪੈਣਾ ਜਾਵੇ ਹੁੰਦਾ ਜਦੋਂ ਯਾਰ ਪਹਿਲੀ ਵਾਰੀ ਬੰਦੇ ਦੇ ਮਨ 'ਚ ਹੁੰਦਾ ਵੀ ਪਹਿਲਾਂ ਇਹਨੂੰ ਹੋ ਜਾਣ ਦੇ ਕਾਮਯਾਬ ਫਿਰ ਦੇਖਾਂਗੇ ਤੇ ਹੁਣ ਤੈਨੂੰ ਮੰਨ ਕੇ ਚੱਲ ਜੇ ਐਤਕੀ ਵਧੀਆ ਸਕਸੈਸਫੁਲ ਰਿਹਾ ਤੂੰ ਤੇ ਅਗਲੀ ਵਾਰ ਨੂੰ ਤੂੰ ਕਿੰਨੀ ਬਿਜਾਈ ਕਰੇਗਾ ਸਹੀ ਦੱਸੀ ਗਾਹਾਂ ਨੂੰ ਤਾਂ ਬਾਈ ਯਾਰ ਮੇਰੇ ਕੋਲੇ 12 13 ਕਿੱਲੇ ਵਾਣਾ ਮੈਂ ਤਾਂ ਸਾਰਾ ਹੀ ਬੀਜਿਆ ਕਰੂੰਗਾ ਤੇ ਬਾਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਬਾਈ ਸਰਕਾਰ ਨੂੰ ਤਾਂ ਬਸ ਇਹੀ ਅਪੀਲ ਆ ਵੀ ਯਾਰ ਇਹਦੇ ਉੱਤੇ ਸਬਸਿਡੀ ਥੋੜੀ ਵੱਧ ਦੇ ਦੇ ਵੱਧ ਦੇ ਦੇ ਫੇਰ ਅਸੀਂ ਵੀ ਇਦੋਂ ਵੀ ਹੋਰ ਜਾਨੀ ਕਿ ਹਾਂ ਗਾਹਾਂ ਲੋਕਾਂ ਨੂੰ ਵੀ ਆਪਾਂ ਅਪੀਲ ਕਰਾਂਗੇ ਦੇਖ ਸਕਦੇ ਹੋ ਬਾਈ ਤੁਸੀਂ ਇੱਧਰ ਪੀੜੀ ਹੋ ਸਾ ਨਾ ਤੇ ਬਾਕੀ ਹੋਰ ਵੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਆਪਾਂ ਵੀ ਇਹ ਚੀਜ਼ 'ਚ ਮੰਨ ਕੇ ਚੱਲੋ ਯਾਰ ਫਾਇਦਾ ਹੀ ਆਪਾਂ ਨੂੰ ਹੈ ਨਾ ਅਤੇ ਨਾਲੇ ਪਾਣੀ ਦੀ ਬੱਚਤ ਹੋ ਗਈ ਰਹਿਣ ਸਪਰੇਹਾਂ ਦੀ ਬੱਚਤ ਹੋ ਗਈ ਨਾਲੇ ਖਰਚੇ ਦੀ ਬੱਚਤ ਹੋ ਗਈ ਹੈ ਨਾ ਅਤੇ ਬਾਕੀ ਬਾਈ ਹੋਰ ਤੂੰ ਕੀ ਕਹਿਣਾ ਚਾਹੇਗਾ ਕੱਦੂ ਤੇ ਤਾਂ ਖਰਚ ਹੀ ਖਰਚਾ ਜੀ ਡੀਜ਼ਲ ਕੱਦੂ ਤੇ ਕਿੰਨਾ ਮੱਚਦਾ ਵੱਟਾਂ ਪੋਚੋ 4000 ਲਵਾਈ ਆ ਗਈ ਫੰਗੀ ਸਾਈਡ ਕਰ ਲਓ ਕਦੇ ਕੋਈ ਕਰ ਲਓ ਇਹ ਤਾਂ ਕੋਈ ਗੱਲ ਨਹੀਂ ਬਾਕੀ ਯਾਰ ਬੀਜ ਕਿਹਨੂੰ ਤਾਂ ਘਰੇ ਪੈ ਜਾਓ ਉਹ ਪੈਣਾ ਕਿੰਨੇ ਦਿਨ ਪਾਣੀ ਪੂਣੀ ਡੇਲੀ ਲਾਉਣਾ ਪੈਂਦਾ ਇਹ ਨਹੀਂ ਇਹਨੂੰ ਪ੍ਰੋਬਲਮ ਪਾਣੀ ਤੋਂ ਮਰਜ਼ੀ ਲਾਦੇ 7 ਦਿਨਾਂ ਪਾਣੀ 8 ਦਿਨਾਂ ਲਾ ਕੋਈ ਦਿੱਕਤ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਲਾਈਟ ਨੂੰ ਕੋਈ ਪ੍ਰੋਬਲਮ ਪੈਂਦੀ ਆ ਵੀ ਜਿਹਨੂੰ ਉਹਦਾ ਆਪਣਾ ਕੱਦੂ ਦਾ ਜਨਰੇਟਰ ਲਾਉਣਾ ਪਊ ਇਹਨੂੰ ਜਨਰੇਟਰ ਦੀ ਲੋੜ ਨਹੀਂ ਉਹ ਵੀ ਸਾਰ ਲੈਂਦਾ ਤੀਜੇ ਦਿਨ ਬਾਰਿਸ਼ ਹੁੰਦੀ ਰਹੀ ਆ ਥੋੜੀ ਥੋੜੀ ਹਲਕੀ ਜੀ 21 ਦਿਨਾਂ ਬਾਅਦ ਪਾਣੀ ਲਾਇਆ ਸੀ ਠੀਕ ਆ 21 ਦਿਨਾਂ ਬਾਅਦ ਬਾਰਿਸ਼ ਨਾਲ ਸਰੀ ਗਿਆ ਬਸ ਲਓ ਜੀ ਲਓ ਜੀ ਕਿਸਾਨ ਭਰਾਵੋ ਬਾਕੀ ਬਾਈ ਆਪਾਂ ਤੁਹਾਨੂੰ ਠੀਕ ਆ ਆਪਾਂ ਤਾਂ ਇਹੀ ਕਹਿਣੇ ਆ ਵੀ ਜਿਵੇਂ ਆਹ ਬਾਈ ਹੋਰਾਂ ਦੀ ਗੱਲਬਾਤ ਸੁਣੀ ਆ ਵੀ ਆਹ ਬਾਈ ਦਾ 5 ਸਾਲਾਂ ਦਾ ਐਕਸਪੀਰੀਅੰਸ ਆ ਤੇ ਆਹ ਬਾਈ ਨੇ ਪਹਿਲੇ ਸਾਲ ਲਾਏ ਸੀ ਐਤਕੀ 6 ਕਿੱਲੇ ਝੋਨਾ ਠੀਕ ਆ ਤੇ ਬਾਈ ਕਹਿੰਦਾ ਵੀ ਯਾਰ ਬਾਈ ਇਹ ਨਜ਼ਾਰਾ ਹੈਗਾ ਪੂਰਾ ਠੀਕ ਆ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗਦਾ ਤੁਹਾਨੂੰ ਸਿੱਧੀ ਬਿਜਾਈ ਦਾ ਜਿਨ੍ਹਾਂ ਨੇ ਕਰੀ ਹੋਈ ਆ ਤੇ ਜਾਂ ਅਗਲੀ ਵਾਰ ਤੁਹਾਨੂੰ ਦੱਸਤਾ ਵੀ ਕੋਈ ਬਾਹਲਾ ਔਖਾ ਕੰਮ ਨਹੀਂ ਬਾਈ ਹੋਰੇ ਕਹਿੰਦੇ ਠੀਕ ਆ ਸੌਖਾ ਹੀ ਆ ਯਾਨੀ ਕਿ ਮੇਨ ਗੱਲ ਤਾਂ ਝਾੜ ਤੇ ਹੁੰਦੀ ਆ ਝਾੜ ਦੂਜੇ ਨਾਲੋਂ ਵੱਧ ਜਾਂਦਾ ਠੀਕ ਆ ਤੇ ਹਾਂਜੀ ਬਾਕੀ ਬਾਈ ਕਿਸਾਨ ਭਰਾਵੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਧੰਨਵਾਦ ਜੀ ਧੰਨਵਾਦ।